ਸੰਗਰੂਰ ਦੇ ਪਿੰਡ ਖੇੜੀ 'ਚ ਪੁਲਿਸ ਤੇ ਸਰਪੰਚ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ। ਆਰੋਪ ਇਹ ਵੀ ਨੇ ਕਿ ਪੁਲਿਸ ਅਧਿਕਾਰੀਆਂ ਵੱਲੋਂ ਪਿੰਡ ਦੀ ਮਹਿਲਾ ਪੰਚ ਦੀ ਵੀ ਕੁੱਟਮਾਰ ਕੀਤੀ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪਿੰਡ 'ਚ ਨਸ਼ੇ ਤਸਕਰਾਂ ਤੇ ਰੇਡ ਕਰਨ ਆਈ ਸੀ ਤਾਂ ਉਸ ਵੇਲੇ ਪੁਲਿਸ ਵੱਲੋਂ ਸਰਪੰਚ ਨੂੰ ਉੱਥੇ ਬੁਲਾ ਕੇ ਕੋਰੇ ਕਾਗਜ਼ ਤੇ ਦਸਤਖਤ ਕਰਨ ਲਈ ਕਿਹਾ ਗਿਆ, ਜਿਸ ਦਾ ਇਨਕਾਰ ਕਰਨ ਤੇ ਪੁਲਿਸ ਨੇ ਸਰਪੰਚ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਇੱਥੇ ਆਈ 2 ਮਿੰਟ, ਮੈਂ ਆਏ ਜੀ, ਉਹਨਾਂ ਨੂੰ ਕੁੱਟਣ ਲੱਗ ਜੀ, ਫੁੱਲ ਕੁੱਟਿਆ ਉਹਨਾਂ ਨੇ ਮੈਨੂੰ। ਕੌਣ ਕੌਣ ਸੀਗੇ? ਕੀ ਥਾਣੇ ਆ ਰਹੇ ਆ? ਹੀਪ ਸਿੰਘ ਥਾਣੇ ਆ ਰਹੇ। ਕੀ ਨਾਮ ਸੀ? ਪਹਿਲੇ ਰਿਟਨ ਮਾਰ। ਕੀ ਨਾਮ ਸੀਗਾ ਉਹਦਾ? ਹੀਪ ਸਿੰਘ ਥਾਣੇ ਆ ਰਹੇ ਆ ਜੀ। ਹਰਦੀਪ ਸਿੰਘ। ਅੱਛਾ, ਹਾਂ। ਕੀ ਮਾਮਲਾ ਸੀਗਾ ਜੀ? ਅਸਲੀ ਮਾਮਲਾ ਕੀ ਸੀ? ਕਹਾਣੀ ਕੀ ਸੀ? ਕਾਰਨ ਕੀ ਹੋਇਆ? ਕਹਾਣੀ ਆ, ਸਾਡੀ ਮੈਂਬਰੀ ਨੂੰ ਉੱਥੇ ਇਹਨੂੰ ਗਾਰਾਂ ਕੱਢਣਾ ਗਿਆ ਜੀ, ਸਾਡੀ ਮੈਂਬਰੀ ਨੂੰ। ਇਹਨੇ ਮੈਨੂੰ ਫੋਨ ਆਡਾ, ਇਹਦੀ ਮੈਨੂੰ ਹੁਣ ਚੱਕਰ ਨੇ ਚੱਕੇ ਦਾ, ਮੈਨੂੰ ਗਾਰਾਂ ਕੱਢੀਆਂ ਨੇ, ਮੈਂ ਐਂ ਆਏ ਜੀ ਭੱਜ ਰਹੀ। ਫਿਰ ਮੈਨੂੰ ਆਏ ਜੀ ਸਾਡਾ, ਉਹਨੇ ਮੈਨੂੰ ਉੱਚਾ ਨਹੀਂ ਰਿਹਾ ਨਾ, ਮੈਨੂੰ ਇਹਦਾ ਸ਼ਾਇਨ ਕਰ, ਉਹਨੇ ਮੇਰੇ, ਮੈਂ ਕਿਹਾ ਮੈਂ ਨਹੀਂ ਕਰਨਾ, ਮੈਨੂੰ ਕੀ ਹੈ ਜਾ, ਉਹਨੇ ਆ ਕੇ ਮੇਰੇ 2 ਮਾਰੇ ਛੱਪੜ, 2 ਨੇ ਮੇਰੀਆਂ ਬਾਹਾਂ ਫੜ ਲਈ, ਚੂੜੇ ਆ ਰੱਖੀ ਗਿਆ ਜੀ ਮੈਨੂੰ, ਇਹਨੇ ਸਾਡੇ ਢੇਡ ਇਸ ਵਾਰ ਤੁਹਾਨੂੰ ਕਿਹਨੇ ਦਿੱਤੀ ਪੰਚੀ? ਹਾਂ, ਪੱਗ ਵੀ ਲਾਈ ਜੀ ਮੇਰੀ ਉਹਨੇ ਥੱਪੜ ਮਾਰ ਕੇ। ਹਾਂ ਜੀ ਆਈ ਜੀ ਮੈਂ, ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਜੀ, ਕੱਲ ਪਿੰਡ ਦੇ ਪੰਚਾਇਤ ਮੋਤਵਰ ਬੰਦੇ ਪੇਸ਼ ਹੋਏ ਸੀਗੇ SPD ਸਾਹਿਬ ਦੇ, ਤੇ ਮੈਨੂੰ ਬੁਲਾਇਆ ਗਿਆ ਸੀਗਾ ਅਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਸੀ। ਉਹ ਪੰਚਾਇਤ ਵਾਲੇ ਕਹਿੰਦੇ ਵੀ ਜੋ ਸੱਚ ਹੈ ਤੁਸੀਂ ਸਾਨੂੰ ਕਰਕੇ ਦਿਓ। ਮੈਂ ਅੱਜ ਉਹਦੀ ਪੜਤਾਲ ਦੇ ਸੰਬੰਧ 'ਚ ਆਇਆ ਜੀ, ਇਨਕੁਆਇਰੀ ਕਰ ਰਿਹਾ, ਜੋ ਵੀ ਗਲਤ ਹੋਇਆ ਮਤਲਬ ਉਹਦਾ ਗਲਤ ਹੋਣਾ ਜੀ। ਸੰਗਰੂਰ ਤੋਂ ਸਚਿਨ ਤੰਜਸ ਦੀ ਰਿਪੋਰਟ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।